ਸਤਿਕਾਰ ਜੀ ਤੁਸੀਂ ਦੇਖ ਰਹੇ ਹੋ ਚੈਨਲ ਨਿਊਜ਼ ਟਾਈਮ ਪੰਜਾਬ ਦੇ ਸਾਡੇ ਖਾਸ ਪ੍ਰੋਗਰਾਮ ਆਸਥਾ ਸ਼ਰਧਾ ਤੋਂ ਸ਼ਕਤੀ ਤੱਕ। ਮੈਂ ਸੰਜੀਵ ਸ਼ਰਮਾ ਅਤੇ ਮੇਰੇ ਨਾਲ ਮੇਰੇ ਸਹਿਯੋਗੀ ਦਵਿੰਦਰ ਚੜ੍ਹੇ। ਅੱਜ ਅਸੀਂ ਗੱਲ ਕਰਾਂਗੇ ਗਰੁੜ ਪੁਰਾਣ ਦੀ। ਇਹ ਪੁਰਾਣ ਭਗਵਾਨ ਵਿਸ਼ਨੂੰ ਦੀ ਭਗਤੀ ਅਤੇ ਉਹਨਾਂ ਦੇ ਗਿਆਨ 'ਤੇ ਆਧਾਰਿਤ ਹੈ। ਇਹ ਸਾਨੂੰ ਦੱਸਦਾ ਹੈ ਕਿ ਮੌਤ ਤੋਂ ਪਹਿਲਾਂ ਅਤੇ ਮੌਤ ਦੇ ਬਾਅਦ ਦੇ ਰਹੱਸ ਕੀ ਨੇ, ਮੌਤ ਤੋਂ ਪਹਿਲਾਂ ਕੀ ਜ਼ਿੰਦਗੀ ਹੁੰਦੀ ਹੈ ਅਤੇ ਮੌਤ ਤੋਂ ਬਾਅਦ ਸਾਡੀ ਜ਼ਿੰਦਗੀ ਕੀ ਬਣਦੀ ਹੈ ਅਤੇ ਮੌਤ ਤੋਂ ਬਾਅਦ ਸਾਡੀ ਆਤਮਾ ਕਿੱਥੇ ਜਾਂਦੀ ਹੈ। ਇਸ ਪੁਰਾਣ ਵਿੱਚ ਮੌਤ ਤੋਂ ਪਹਿਲਾਂ ਅਤੇ ਮੌਤ ਤੋਂ ਬਾਅਦ ਦੀ ਸਥਿਤੀ ਨੂੰ ਦੱਸਿਆ ਗਿਆ ਹੈ। ਗਰੁੜ ਪੁਰਾਣ ਹਿੰਦੂ ਗ੍ਰੰਥਾਂ ਵਿੱਚ ਬਹੁਤ ਮਹੱਤਵ ਰੱਖਦਾ ਹੈ। ਇਸ ਨੂੰ 18 ਗ੍ਰੰਥਾਂ ਦੇ ਵਿੱਚੋਂ ਇੱਕ ਮੰਨਿਆ ਗਿਆ ਹੈ। ਇਸ ਗਰੁੜ ਪੁਰਾਣ ਦੇ ਵਿੱਚ ਸਾਡੀ ਜ਼ਿੰਦਗੀ ਦੇ ਨਾਲ ਕਈ ਇਸ ਤਰ੍ਹਾਂ ਦੀਆਂ ਗੱਲਾਂ ਦੱਸੀਆਂ ਗਈਆਂ ਹਨ ਜਿਸ ਨੂੰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਕੇ ਆਪਣਾ ਜੀਵਨ ਇੱਕ ਵਧੀਆ ਬਣਾ ਸਕਦੇ ਹਾਂ। ਇਸ ਪੁਰਾਣ ਵਿੱਚ ਦੱਸਿਆ ਗਿਆ ਹੈ ਕਿ ਜੇਕਰ ਜ਼ਿੰਦਗੀ ਹੈ ਤਾਂ ਉਸਦੇ ਮਿੱਤਰ ਵੀ ਹੋਣਗੇ ਅਤੇ ਦੁਸ਼ਮਣ ਵੀ। ਜੇਕਰ ਕਿਸੇ ਵਿਅਕਤੀ ਦਾ ਦੁਸ਼ਮਣ ਨਹੀਂ ਹੈ ਤਾਂ ਇਸਦਾ ਮਤਲਬ ਇਹ ਹੈ ਕਿ ਉਹ ਇੱਕ ਵਧੀਆ ਜ਼ਿੰਦਗੀ ਨਹੀਂ ਜੀ ਰਿਹਾ। ਇਹਦਾ ਮਤਲਬ ਇਹ ਨਹੀਂ ਕਿ ਅਸੀਂ ਜਾਣ ਬੁੱਝ ਕੇ ਦੁਸ਼ਮਣ ਬਣਾ ਲਈਏ। ਜੇਕਰ ਸਾਡਾ ਕੋਈ ਦੁਸ਼ਮਣ ਹੈ ਤਾਂ ਅਸੀਂ ਉਸ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਕਿਵੇਂ ਅਪਣਾਵਾਂਗੇ ਅਤੇ ਉਸ ਦੁਸ਼ਮਣੀ ਦਾ ਕਿਵੇਂ ਸਾਹਮਣਾ ਕਰਾਂਗੇ, ਇਹ ਵੀ ਪੁਰਾਣ ਵਿੱਚ ਦੱਸਿਆ ਗਿਆ। ਜੇਕਰ ਅਸੀਂ ਆਪਣਾ ਜੀਵਨ ਜਿਉ ਰਹੇ ਹਾਂ ਤਾਂ ਉਸਦੇ ਵਿੱਚ ਦੁਸ਼ਮਣ ਬਣਨੇ ਬਹੁਤ ਮਾਮੂਲੀ ਜਿਹੀ ਗੱਲ ਹੈ ਅਤੇ ਕਈ ਦੁਸ਼ਮਣ ਬਹੁਤ ਖਤਰਨਾਕ ਹੁੰਦੇ ਹਨ ਅਤੇ ਸਾਨੂੰ ਨਹੀਂ ਪਤਾ ਲੱਗਦਾ ਕਿ ਉਹ ਸਾਨੂੰ ਕਦੋਂ ਨੁਕਸਾਨ ਪਹੁੰਚਾਵੇ। ਇਸ ਪੁਰਾਣ ਦੀ ਨੀਤੀ ਅਨੁਸਾਰ ਦੁਸ਼ਮਣ ਦੇ ਨਾਲ ਨਿਪਟਣ ਦੇ ਲਈ ਸਾਨੂੰ ਚਤੁਰਤਾ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਅਸੀਂ ਚਤੁਰ ਬਣ ਕੇ ਰਹੀਏ ਤਾਂ ਅਸੀਂ ਆਪਣੇ ਦੁਸ਼ਮਣ ਨੂੰ ਹਰਾ ਸਕਦੇ ਹਾਂ। ਜਿਹੋ ਜਿਹਾ ਦੁਸ਼ਮਣ ਹੋਵੇ ਉਸੇ ਤਰੀਕੇ ਨਾਲ ਹੀ ਉਸ ਨੀਤੀ ਨੂੰ ਅਪਣਾ ਕੇ ਅਸੀਂ ਆਪਣੇ ਦੁਸ਼ਮਣ ਨੂੰ ਮਾਰ ਦੇ ਸਕਦੇ ਹਾਂ। ਗਰੁੜ ਪੁਰਾਣ ਦੇ ਵਿੱਚ ਇਹ ਦੱਸਿਆ ਗਿਆ ਹੈ ਜੇਕਰ ਤੁਸੀਂ ਅਮੀਰ ਅਤੇ ਪੈਸੇ ਵਾਲੇ ਵਿਅਕਤੀ ਬਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਹਮੇਸ਼ਾ ਸਾਫ਼ ਸੁਥਰੇ ਕੱਪੜੇ ਪਹਿਨਣੇ ਚਾਹੀਦੇ ਹਨ। ਪਰ ਜੇਕਰ ਜਿਹੜਾ ਵਿਅਕਤੀ ਸਾਫ਼ ਸੁਥਰੇ ਕੱਪੜੇ ਨਹੀਂ ਪਹਿਨਦਾ ਔਰ ਲਕਸ਼ਮੀ ਉਸਦਾ ਹਮੇਸ਼ਾ ਲਈ ਤਿਆਗ ਕਰ ਦਿੰਦੀ ਅਤੇ ਇਨਸਾਨ ਨੂੰ ਅਸਫਲਤਾ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਪਰਿਵਾਰ ਦੇ ਵਿੱਚ ਦਲਿੱਦਰਤਾ ਪੈਦਾ ਹੋ ਜਾਂਦੀ ਹੈ ਅਤੇ ਸਾਨੂੰ ਅਸਫਲਤਾ ਦਾ ਸਾਹਮਣਾ ਕਰਨਾ ਪੈਂਦਾ ਹੈ, ਸੁੱਖ ਚੈਨ ਚਲਾ ਜਾਂਦਾ ਹੈ ਅਤੇ ਪਰਿਵਾਰ ਦੇ ਵਿੱਚ ਦਲਿੱਦਰਤਾ ਪੈਦਾ ਹੋ ਜਾਂਦੀ ਹੈ। ਕਈ ਵਾਰ ਵੇਖਿਆ ਗਿਆ ਹੈ ਕਈ ਅਮੀਰ ਲੋਕ ਵਧੀਆ ਕੱਪੜੇ ਨਹੀਂ ਪਾਉਂਦੇ ਅਤੇ ਉਹ ਮੈਲੇ ਕੁਚਾਰੇ ਅਤੇ ਗੰਦੇ ਕੱਪੜੇ ਪਾਉਂਦੇ ਹਨ। ਲਕਸ਼ਮੀ ਹੌਲੀ ਹੌਲੀ ਕਰਕੇ ਉਹਨਾਂ ਦਾ ਸਾਥ ਛੱਡ ਦਿੰਦੀ ਹੈ। ਜੇਕਰ ਸਾਡੇ ਕੋਲ ਗਿਆਨ ਹੈ ਤਾਂ ਉਸਨੂੰ ਵਾਰ ਵਾਰ ਅਭਿਆਸ ਕਰਕੇ ਉਸ ਗਿਆਨ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ ਅਤੇ ਵਿਅਕਤੀ ਵਾਰ ਵਾਰ ਅਭਿਆਸ ਕਰਨ ਦੇ ਨਾਲ ਆਪਣੇ ਗਿਆਨ ਦੇ ਵਿੱਚ ਹੋਰ ਮੁਹਾਰਤ ਹਾਸਲ ਕਰ। ਜਦੋਂ ਵਿਅਕਤੀ ਆਪਣੇ ਕੰਮ ਵਿੱਚ ਮੁਹਾਰਤ ਹਾਸਲ ਕਰ ਲੈਂਦਾ ਹੈ ਤਾਂ ਕਦੇ ਵੀ ਕਿਸੇ ਕੰਮ ਵਿੱਚ ਮਾਤ ਨਹੀਂ ਖਾਂਦਾ ਅਤੇ ਹਮੇਸ਼ਾ ਹੀ ਜਿੱਤ ਪ੍ਰਾਪਤ ਕਰਦਾ ਹੈ। ਦੋਸਤੋ ਇੱਕ ਦੋਹਾ ਹੈ, ਕਰਤ ਕਰਤ ਅਭਿਆਸ ਕੇ ਜੜਮਤੀ ਹੋਰ ਸੁਜਾਨ, ਰੱਸੀ ਆਵਤ ਜਾਤ ਸਿਰ ਪਰ ਕਰਤ ਨਿਸ਼ਾਨ। ਅੱਜ ਅਸੀਂ ਗੱਲ ਕਰ ਰਹੇ ਸੀ ਗਰੁੜ ਪੁਰਾਣ ਦੇ ਦੱਸੇ ਗਏ ਕੁਛ ਰਹੱਸਾਂ ਦੀ ਜੋ ਕਿ ਸਾਡੇ ਜੀਵਨ ਵਿੱਚ ਬਹੁਤ ਹੀ ਲਾਭਕਾਰੀ ਸਿੱਧ ਹੋ ਸਕਦੇ ਹਨ। ਅਗਲੀ ਵਾਰ ਗਰੁੜ ਪੁਰਾਣ ਦੇ ਕੁਛ ਹੋਰ ਰਹੱਸ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਮੈਨੂੰ ਸੰਜੀਵ ਸ਼ਰਮਾ ਦਵਿੰਦਰ ਚੜ੍ਹੇ ਦਿਓ ਯਾਦ। ਅਗਲੇ ਹਫ਼ਤੇ ਫਿਰ ਮਿਲਦੇ ਹਾਂ, ਤਦ ਤੱਕ ਲਈ ਸਤਿ ਸ਼੍ਰੀ ਅਕਾਲ।